ਫਿਲਮ ਸੀ ਗੁਰਦਾਸ ਮਾਨ ਜੀ ਦੀ, ਉਹਨਾਂ ਨੇ ਇਹ ਫਿਲਮ ਲਿਖੀ ਵੀ, ਡਾਇਰੈਕਟ ਵੀ ਕੀਤੀ। ਸਰ ਨਾ ਇਸ ਵੀ ਡੇਰੇਵਾਲ ਜੀ UK ਤੋਂ ਅੱਜ ਆਏ ਹੋਏ ਨੇ, ਤੁਹਾਨੂੰ ਯਾਦ ਹੋਏਗਾ ਚੈਨਲ ਪੰਜਾਬ ਉਹਨਾਂ ਨੇ ਲਾਂਚ ਕੀਤਾ ਸੀ, ਔਰ ਉਹ ਕਾਫੀ ਇਸ ਫਿਲਮ ਇੰਡਸਟਰੀ ਦੇ ਵਿੱਚ ਦਿਲਚਸਪੀ ਲੈ ਰਹੇ ਨੇ। ਨਾਬਰ ਨਾਮ ਦੀ ਜਿਹੜੀ ਫਿਲਮ ਹੈ ਉਹ ਵੀ ਜਸਵੀਰ ਡੇਰੇਵਾਲ ਹੋਰਾਂ ਨੇ ਹੀ ਬਣਾਈ ਹੈ, ਜਿਸ ਨੂੰ ਇਨਾਮ ਮਿਲਿਆ, ਬਹੁਤ ਨੈਸ਼ਨਲ ਅਵਾਰਡ ਮਿਲਿਆ ਹੈ। ਸੋ ਇਸੇ ਤਰੀਕੇ ਨਾਲ ਪੰਜਾਬੀ ਫਿਲਮਾਂ ਜਿਹੜੀਆਂ ਨੇ ਉਹ ਹੁਣ ਬਹੁਤ ਵੱਡੀ ਗਿਣਤੀ 'ਚ ਬਣਨ ਲੱਗ ਪਈਆਂ ਨੇ, ਔਰ ਇਹ ਤਾਂ ਸ਼ੁਭ ਸ਼ਗਨ ਹੋਇਆ ਕਿ ਪੰਜਾਬੀ ਫਿਲਮਾਂ ਇੰਨੀ ਵੱਡੀ ਗਿਣਤੀ 'ਚ ਬਣ ਰਹੀਆਂ। ਪਰ ਇਹਨਾਂ ਜਿਹੜੇ ਪ੍ਰੋਡਿਊਸਰ, ਡਾਇਰੈਕਟਰਸ, ਰਾਈਟਰਸ ਨੇ ਫਿਲਮਾਂ ਵਾਲੇ, ਇਹਨਾਂ ਦੀ ਨਜ਼ਰ ਦੇ ਵਿੱਚ ਕੀ ਕੁਛ ਹੋਣ ਵਾਲਾ ਹੈ? ਸਭ ਨਾਲ ਨਵਲ ਰੰਗੀ ਜੀ ਵੀ ਨੇ, ਜਿਨ੍ਹਾਂ ਦੀ ਫਿਲਮਾਂ ਦੇ ਵਿੱਚ ਡੂੰਘੀ ਦਿਲਚਸਪੀ ਹੈ, ਉਹ ਡਾਕੂਮੈਂਟਰੀ ਫਿਲਮਾਂ ਪਾਉਂਦੇ ਨੇ, ਉਹ ਵੀ ਸਭ ਨਾਲ ਗੱਲਬਾਤ ਕਰਨਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਦਿਲਚਸਪ ਗੱਲਾਂ ਹੋਣ ਵਾਲੀਆਂ ਹਨ। ਇਸ ਨੂੰ ਸਪੋਂਸਰ ਕਰ ਰਹੇ ਹਨ ਬ੍ਰਿਜ ਮੋਹਨ ਜੀ। ਬ੍ਰਿਜ ਮੋਹਨ ਜਿਹੜੇ ਕਿ ਮਸ਼ਹੂਰ ਵਕੀਲ ਨੇ ਅਤੇ ਇੰਗਲੈਂਡ ਤੋਂ ਵਕਾਲਤ ਪਾਸ ਕਰਕੇ ਆਏ ਨੇ, ਸ਼ਰਾਬ ਪੀ ਕੇ ਜੇ ਗੱਡੀ ਚਲਾਉਂਦੇ ਫੜੇ ਗਏ ਹੋ, ਲੜਾਈ ਝਗੜੇ ਦੇ ਸੰਗੀਨ ਜੁਰਮ 'ਚ ਫਸ ਗਏ ਹੋ, ਜਾਂ ਝੂਠੇ ਕਤਲ ਦੇ ਕੇਸ 'ਚ ਫਸਾਏ ਗਏ ਹੋ, ਬ੍ਰਿਜ ਮੋਹਨ ਐਂਡ ਐਸੋਸੀਏਟਸ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਨ, ਤੁਹਾਡੀ ਕਾਨੂੰਨੀ ਕਾਮਯਾਬੀ ਦਾ ਦੂਸਰਾ ਨਾਂ ਬਣ ਸਕਦੇ ਹਨ। ਉਹਨਾਂ ਦਾ ਟੈਲੀਫੋਨ ਨੰਬਰ ਹੈ 604-598-0988 598-0988। ਸੋ ਤੋਂ ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਵੈਲਕਮ। ਦੂਸਰਾ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਹੈ, ਮੇਰੇ ਨਾਲ ਤੁਸੀਂ 4-5 ਜਣੇ ਸ਼ਾਮਲ ਹੋ, ਪੰਜਾਬੀ ਫਿਲਮਾਂ ਦੇ ਬਾਰੇ ਮੈਂ ਸ਼ੁਰੂ ਕਰਨਾ ਚਾਹੁੰਦਾ। ਪਹਿਲਾਂ ਤਾਂ ਤੁਹਾਡਾ ਜਸਵੀਰ ਡੇਰੇਵਾਲ ਜੀ, ਤੁਸੀਂ UK ਤੋਂ ਆਏ ਹੋ, ਮੈਨੂੰ ਇਹ ਦੱਸੋ ਵੀ ਕਿੰਨੀਆਂ ਪੰਜਾਬੀ ਫਿਲਮਾਂ ਬਣ ਰਹੀਆਂ ਨੇ ਅਤੇ ਕਿਸ ਕਿਸਮ ਦੀਆਂ ਫਿਲਮਾਂ ਬਣ ਰਹੀਆਂ? ਮੈਂ ਪਿਛਲੇ ਮਹੀਨੇ ਫੈਬਰੀ ਦੇ ਮਹੀਨੇ ਬੰਬੇ ਵਿੱਚ ਸਾਂ, ਅਤੇ ਉਸ ਮਹੀਨੇ ਵਿੱਚ ਤਕਰੀਬਨ 42 ਫਿਲਮਸ ਬੰਬੇ ਵਿੱਚ ਆਨ ਦਾ ਫਲੋ ਬਣੇ ਹੋਏ ਨੇ। ਸੋ ਤੁਸੀਂ ਆਪ ਸਾਹਿਬ ਲਾ ਲਓ, 2 ਮਹੀਨੇ ਵਿੱਚ ਤਕਰੀਬਨ 40 ਫਿਲਮਾਂ, ਇਹਦਾ ਮਤਲਬ ਹਰ ਮਹੀਨੇ ਦੇ 20 ਫਿਲਮ ਬਣਦੇ ਪਏ ਨੇ। ਕਿਸ ਕਿਸਮ ਦੀਆਂ ਫਿਲਮਾਂ ਨੇ? ਫਿਲਮ ਸਾਰੇ ਆਪਣੇ ਸਟਾਲ ਦੇ ਲੈ ਕੇ ਆਉਂਦੇ ਨੇ, ਮੈਜੋਰਿਟੀ ਇਜ਼ ਕਾਮੇਡੀ ਅਤੇ ਮੈਜੋਰਿਟੀ ਇਜ਼ ਲਵ ਸਟੋਰੀ। ਐਂਡ ਹੋਰ ਜਿਹੜੀਆਂ ਜ਼ਿੰਦਗੀ ਦੀਆਂ ਬਾਕੀ ਦੀਆਂ ਤਰਕੀਬਾਂ, ਜਿਸ ਤਰ੍ਹਾਂ ਅਸੀਂ ਹੁਣ ਹਾਲੀਵੁੱਡ 'ਚ ਦੇਖਦੇ ਹਾਂ, ਦੇਖੋ ਕਿੰਨੇ ਟੋਪਿਕਸ 'ਤੇ ਜ਼ਿੰਦਗੀ ਦੇ ਹਰ ਪਹਿਲੂ 'ਤੇ ਫਿਲਮਾਂ ਬਣ ਰਹੀਆਂ, ਬੜੀਆਂ ਕਾਮਯਾਬ ਫਿਲਮਾਂ ਬਣ ਰਹੀਆਂ। ਹਿੰਦੀ ਦੇ ਵਿੱਚ ਵੀ ਕੁਛ ਐਕਸਪੈਰੀਮੈਂਟ ਹੋਏ ਨੇ, ਪੰਜਾਬੀ ਦੇ ਵਿੱਚ ਜਿਹੜੇ ਐਕਸਪੈਰੀਮੈਂਟ ਹੋਏ ਨੇ ਉਹਦੇ ਬਾਰੇ ਤੁਸੀਂ ਮਿਸਟਰ ਰੰਗੀ ਕੀ ਕਹਿਣਾ ਚਾਹੋਗੇ? ਜਿਸ ਤਰ੍ਹਾਂ ਅੰਨੇ ਕੋੜੇ ਦਤਾਨ ਫਿਲਮ ਬਣੀ, ਜਾਂ ਹੁਣ ਬਲਦੇਵ ਹੋਰਾਂ ਨੇ ਇੱਕ ਫਿਲਮ ਲਿਖੀ ਆ 4 ਸਾਹਿਬਜ਼ਾਦੇ ਜੀ 3D ਆ, ਨਾਬਰ ਦੀ ਅਸੀਂ ਗੱਲ ਕਰਦੇ ਹਾਂ, ਮਿੱਟੀ ਦੇ ਵਿੱਚ ਗਾਲਾਂ ਗੁਲਾਂ ਬਹੁਤ ਸੀ, ਲੇਕਿਨ ਉਸ ਦੇ ਨਾਲ ਹੀ ਹੁਣ ਸਾਡਾ ਹੱਕ ਫਿਲਮ ਆਈ ਆ, ਕੋਈ ਹੋਰ ਕਈ ਫਿਲਮਾਂ ਨੇ ਜਿਹੜੀਆਂ ਦੇ ਵਿੱਚ ਮੇਰਾ ਖਿਆਲ ਹੈ ਐਕਸਪੈਰੀਮੈਂਟ ਕੀਤੇ ਗਏ। ਕੀ ਖਿਆਲ ਤੁਹਾਡਾ? ਵੀ ਦੇਖੋ ਸਮੇਂ ਦੇ ਨਾਲ ਜਿੰਨੀਆਂ ਫਿਲਮਸ ਬਣ ਗਈਆਂ ਉਹਦੇ ਵਿੱਚ ਐਕਸਪੈਰੀਮੈਂਟ ਲੋਕਾਂ ਦਾ ਟੇਸਟ ਉਹ ਬਦਲਦਾ ਰਹੇਗਾ। ਹੁਣ ਘੱਟੋ ਘੱਟ 80 ਤੋਂ ਲੈ ਕੇ 90 ਜਿਹੜੀਆਂ ਮੂਵੀਜ਼ ਨੇ ਪੰਜਾਬੀ ਦੀਆਂ ਫਲੋਰ 'ਤੇ ਨੇ, ਜ਼ਿਆਦਾ ਜਿਹੜਾ ਫੇਸ ਸੀ ਉਹ ਕਮੇਡੀ ਦਾ ਫੇਸ ਸੀ, ਕਮੇਡੀ ਦੀਆਂ ਮੂਵੀਜ਼ ਬਣਦੀਆਂ ਸੀ। ਪਰ ਜਿਹੜਾ ਹੁਣ ਜਿਹੜਾ ਐਕਸਪੈਰੀਮੈਂਟ